ਅਭਿਆਸ 3.6 ਚੱਲ ਰਹੀ ਹੈ ਆਪਣੀ। ਇਹਦੇ ਵਿੱਚੋਂ ਪਹਿਲਾ ਕੁਐਸਚਨ ਜਿਹੜਾ ਸੀਗਾ, ਦੇਖੋ ਅੱਗੇ ਦਿੱਤੇ ਸਮੀਕਰਨ ਜੋੜਿਆਂ ਨੂੰ ਰੇਖੀ ਸਮੀਕਰਨਾਂ ਵਿੱਚ ਬਦਲ ਕੇ ਹੱਲ ਕਰੋ। 3.6 ਦਾ ਪਹਿਲਾ ਕੁਐਸਚਨ ਹੈ 1/2x ਜਮ੍ਹਾਂ 1/3y ਬਰਾਬਰ ਹੈ 2। ਦੂਸਰੀ ਸਮੀਕਰਨ 1/3x ਜਮ੍ਹਾਂ 1/2y ਬਰਾਬਰ ਹੈ 13/6। ਪਿੱਛੇ ਜਿਹੜੀਆਂ ਸਮੀਕਰਨਾਂ ਆਈਆਂ ਸੀ ਉਹਦੇ ਵਿੱਚ ਐਕਸ ਅਤੇ ਵਾਈ ਜਿੱਦਾਂ ਉੱਪਰ ਪਿਆ ਸੀਗਾ, ਹੈ ਨਾ, ਇੱਦਾਂ ਕਰਕੇ 2x ਪਲੱਸ 3y ਬਰਾਬਰ ਹੈ 5। ਇੱਦਾਂ ਸਮੀਕਰਨ ਦੇ ਵਿੱਚ ਐਕਸ ਅਤੇ ਵਾਈ ਉੱਪਰ ਪਿਆ ਸੀ, ਬਟ ਹੁਣ ਦੇਖੋ ਐਕਸ ਅਤੇ ਵਾਈ ਥੱਲੇ ਆ ਰਿਹਾ ਆ। ਤੁਸੀਂ ਕੀ ਕਰਨਾ ਆ, ਇਹਦੇ ਵਿੱਚ ਆਪਾਂ ਇਹਨਾਂ ਦੇ ਮੁੱਲ ਭਰ ਲੈਣੇ ਆ, ਜਿੱਦਾਂ ਇਹਨਾਂ ਨੂੰ ਪੁੱਟ ਕਰ ਲੈਣਾ ਆ, ਕੁਛ ਆਪਣੇ ਵੱਲੋਂ ਮੰਨ ਲੈਣਾ ਆ। ਜਿੱਦਾਂ 1/x, 1/x ਨੂੰ ਆਪਾਂ ਲੈ ਲਿਆ ਯੂ, 1/y ਨੂੰ ਲੈ ਲਿਆ ਆਪਾਂ ਵੀ, ਠੀਕ ਹੈ। ਇਹਨੂੰ ਨੰਬਰ 1 ਲੈ ਲਿਆ ਸਮੀਕਰਨ 1 'ਤੇ। ਹੁਣ ਇਹਦੇ ਵਿੱਚ ਦੇਖੋ 1/x ਨੂੰ ਕੀ ਭਰਿਆ ਮੈਂ, ਯੂ, ਇਹਦੇ ਨਾਲ ਯੂ 2 ਜਮ੍ਹਾਂ 1/y ਨੂੰ ਭਰਿਆ ਮੈਂ ਵੀ, ਵੀ ਉੱਪਰ ਆ ਜਾਣਾ 3 ਆ ਗਿਆ ਬਰਾਬਰ ਹੈ 2। ਕਿਉਂਕਿ ਉੱਤਮ ਲੈਣ ਤੋਂ ਬਾਅਦ ਆਪਣੇ ਕੋਲ ਸਾਰਾ ਕੁਛ ਹੱਲ ਕਰਨ ਤੋਂ ਬਾਅਦ ਆਹ ਵਾਲੀ ਸਮੀਕਰਨ ਬਣ ਗਈ ਸਮੀਕਰਨ 2। ਉਸ ਤੋਂ ਬਾਅਦ ਅਗਲੇ ਵਾਲੇ 'ਚ ਵੀ 1/x ਨੂੰ ਆਪਾਂ ਯੂ ਭਰਿਆ, ਮਤਲਬ ਯੂ 3 ਜਮ੍ਹਾਂ ਵੀ 2 ਬਰਾਬਰ ਹੈ 13/6। ਇਹਦੇ ਵਿੱਚ ਵੀ ਲਘੁੱਤਮ ਲੈ ਲਿਆ, ਲਘੁੱਤਮ ਲੈਣ ਤੋਂ ਬਾਅਦ ਸਮੀਕਰਨ ਆਪਣੇ ਕੋਲ 3 ਬਣ ਗਈ। ਹੁਣ ਦੋਨੋਂ ਸਮੀਕਰਨਾਂ ਨੂੰ ਕਿਹੜੀ ਮਰਜ਼ੀ ਵਿਧੀ ਲਗਾ ਕੇ, ਤੁਹਾਨੂੰ ਮੈਂ ਵਿਧੀਆਂ ਕਰਵਾਈਆਂ ਸੀਗੀਆਂ 3-4, ਉਹਦੇ ਜਿਹੜੀ ਮਰਜ਼ੀ ਲਗਾ ਕੇ ਇਹਨਾਂ ਨੂੰ ਹੱਲ ਕਰ ਲੈਣਾ। ਮੈਂ ਵਿਲੋਪਣ ਵਿਧੀ ਯੂਜ ਕਰ ਰਹੀ ਹਾਂ। ਹੁਣ ਇਹਨਾਂ ਵਿੱਚ ਸਮੀਕਰਨਾਂ ਆਪਣੇ ਕੋਲ ਯੂ ਵਿੱਚ ਬਣੀਆਂ ਹੁਣ ਨਵੀਆਂ। ਹੁਣ ਇਹਨਾਂ ਦੋਨੋਂ ਸਮੀਕਰਨਾਂ ਨੂੰ ਜਦੋਂ ਹੱਲ ਕਰਾਂਗੇ, ਮੈਂ ਵਿਲੋਪਣ ਵਿਧੀ ਨਾਲ ਹੱਲ ਕਰ ਲਿਆ ਵੀ ਦਾ ਆਂਸਰ 3 ਆਇਆ, ਯੂ ਦਾ ਆਂਸਰ 2। ਵਿਧੀ ਨਹੀਂ ਦੱਸ ਰਹੀ ਕਿਉਂਕਿ ਤੁਸੀਂ ਵਿਧੀਆਂ ਆਲਰੇਡੀ ਕਰ ਚੁੱਕੇ ਹਾਂ, ਠੀਕ ਹੈ। ਤੁਸੀਂ ਉੱਥੋਂ ਦੇਖ ਸਕਦੇ ਹੋ ਵਿਲੋਪਣ ਵਿਧੀ ਦਾ, ਵੀ ਅਤੇ ਯੂ ਹੋ ਗਿਆ ਆਪਣੇ ਕੋਲ ਮੁੱਲ ਨਿਕਲ ਆਇਆ। ਪਰ ਜੋ ਕੁਐਸਚਨ 'ਚ ਦਿੱਤਾ ਉਹਦਾ ਹੀ ਆਂਸਰ ਕੱਢਣੇ ਤੁਸੀਂ। ਕੁਐਸਚਨ 'ਚ ਹੈਗਾ ਆਪਣੇ ਕੋਲ ਐਕਸ ਵਾਈ, ਇਹਦਾ ਮਤਲਬ ਆਪਾਂ ਇਹਦੇ ਵਿੱਚ ਵੀ ਐਕਸ ਵਾਈ ਦਾ ਮੁੱਲ ਕੱਢਾਂਗੇ। ਹੁਣ ਦੇਖੋ ਯੂ ਵੀ ਆਪਾਂ ਸਮੀਕਰਨ 1 'ਚ ਇੰਟਰੋਡਿਊਸ ਕਰਵਾਏ ਸੀਗੇ। ਸਮੀਕਰਨ 1 ਦੇ ਵਿੱਚ ਆਪਾਂ ਯੂ ਅਤੇ ਵੀ ਦੋਨਾਂ ਦਾ ਮੁੱਲ ਭਰ ਦੇਣਾ ਸਮੀਕਰਨ 1 ਤੋਂ। 1/x ਬਰਾਬਰ ਹੈ ਯੂ ਹੈ, 1/y ਬਰਾਬਰ ਹੈ ਵੀ ਹੈ। 1/x ਬਰਾਬਰ ਹੈ ਯੂ ਕਿੰਨਾ ਆਪਣੇ ਕੋਲ, 2। ਯੂ ਦੀ ਜਗ੍ਹਾ 'ਤੇ ਯੂ 2 ਭਰ ਲਿਆ। 1/y ਬਰਾਬਰ ਹੈ ਵੀ ਕਿੰਨਾ ਆਪਣੇ ਕੋਲ, 3। ਇਸ ਜਗ੍ਹਾ 'ਤੇ 3 ਭਰ ਲਿਆ। ਹੁਣ ਦੇਖੋ ਐਕਸ ਨੂੰ ਇੱਧਰ ਲਿਆਓ, 2 ਨੂੰ ਥੱਲੇ ਲਿਆਓ, 1/2x। 1/2 ਬਰਾਬਰ ਹੈ ਐਕਸ ਆ ਗਿਆ। ਵਾਈ ਨੂੰ ਇੱਧਰ ਲਿਆ, 3 ਨੂੰ ਥੱਲੇ ਲਿਆ, 1/3 ਬਰਾਬਰ ਹੈ ਵਾਈ ਆ ਗਿਆ। ਐਕਸ ਦਾ ਮੁੱਲ 1/2, ਵਾਈ ਦਾ ਮੁੱਲ 1/3 ਆਂਸਰ। ਇਸ ਤਰ੍ਹਾਂ ਨੈਕਸਟ ਕੁਐਸਚਨ 'ਚ ਦੇਖੋ, ਨੈਕਸਟ ਕੁਐਸਚਨ 'ਚ 2/√x ਜਮ੍ਹਾਂ 3/√y ਬਰਾਬਰ ਹੈ 2। ਦੂਸਰੀ ਸਮੀਕਰਨ 4/√x ਮਾਈਨਸ 9/√y ਬਰਾਬਰ ਹੈ -1। ਹੁਣ ਇਸ ਕੁਐਸਚਨ 'ਚ ਹੋਰ ਪ੍ਰੋਬਲਮ ਆ ਗਈ ਕਿ ਵਰਗਮੁੱਲ ਵੀ ਆ ਗਿਆ ਨਾ, ਕੋਈ ਚੱਕਰ ਨਹੀਂ। ਆਪਾਂ ਕੀ ਕਰ ਲੈਣਾ, 1/√x ਨੂੰ ਯੂ ਭਰ ਲਓ, 1/√y ਨੂੰ ਆਪਾਂ ਵੀ ਭਰ ਲੈਣਾ, ਠੀਕ ਹੈ। ਇਹਨੂੰ ਨੰਬਰ 1 ਦੇ ਦਿੱਤਾ, ਜਦੋਂ ਇੱਥੇ ਭਰਾਂਗੇ 2u ਜਮ੍ਹਾਂ 3v ਬਰਾਬਰ ਹੈ 2। ਇਹ ਬਣ ਜਾਣਾ 4u ਮਾਈਨਸ 9v ਬਰਾਬਰ ਹੈ -1। ਦੋਨੋਂ ਸਮੀਕਰਨਾਂ ਆ ਗਈਆਂ, ਵਿਲੋਪਣ ਵਿਧੀ ਲਾ ਕੇ ਇਹਨਾਂ ਨੂੰ ਹੱਲ ਕਰਾਂਗੇ, ਯੂ ਵੀ ਦਾ ਆਂਸਰ ਨਿਕਲ ਆਇਆ। ਸਮੀਕਰਨ 1 ਦੇ ਵਿੱਚ ਯੂ ਵੀ ਦਾ ਆਂਸਰ ਭਰਾਂਗੇ, ਦੇਖੋ ਇਹ ਸੀਗੀਆਂ, ਯੂ ਦਾ ਆਂਸਰ ਆਇਆ ਆਪਣੇ ਕੋਲ 1/2, ਵੀ ਦਾ ਆਂਸਰ ਆਇਆ ਆਪਣੇ ਕੋਲ 1/3। ਇੱਥੇ ਜਦੋਂ ਆਪਾਂ ਤਿਰਛੀ ਗੁਣਾ ਕਰਾਂਗੇ, ਦੇਖੋ ਤਿਰਛੀ ਗੁਣਾ ਕਰਕੇ ਇੱਧਰ 2 ਇੱਧਰ ਆ ਗਿਆ, ਇਹਨੂੰ ਜਦੋਂ ਗੁਣਾ ਕਰਕੇ ਵਰਗਮੁੱਲ ਐਕਸ ਇੱਧਰ ਆ ਗਿਆ। ਇੱਦਾਂ ਹੀ ਵਰਗਮੁੱਲ ਵਾਈ ਨੂੰ 1 ਨਾਲ ਗੁਣਾ ਕਰਾਂਗੇ, ਵਰਗਮੁੱਲ ਵਾਈ ਇੱਧਰ ਆ ਕੇ ਗੁਣਾ ਹੋ ਕੇ 3। ਆਹ ਵਾਲਾ ਸਟੈਪ ਬਣ ਗਿਆ ਆਪਣੇ ਕੋਲ। ਹੁਣ ਆਪਾਂ ਨੂੰ ਐਕਸ ਵਾਈ ਦਾ ਆਂਸਰ ਚਾਹੀਦਾ, ਠੀਕ ਹੈ। ਜਦੋਂ ਵੀ ਕੁਐਸਚਨ 'ਚ ਆਂਸਰ ਕੱਢਣਾ ਆ, ਤੁਸੀਂ ਐਕਸ ਵਾਈ ਦਾ ਆਂਸਰ ਕੱਢਦੇ ਆ, ਮਤਲਬ ਜੋ ਸਮੀਕਰਨ 'ਚ ਦਿੱਤਾ ਹੋਇਆ। ਜਿੱਥੇ ਐਸ ਟੀ ਹੁੰਦਾ ਤਾਂ ਆਪਾਂ ਐਸ ਟੀ ਦਾ ਆਂਸਰ ਕੱਢਣਾ ਸੀਗਾ, ਤਿਰਛੀ ਗੁਣਾ ਕਰਕੇ ਆਪਣੇ ਕੋਲ। ਹੁਣ ਦੇਖੋ ਆਹ ਵਾਲਾ ਸਟੈਪ ਤਾਂ ਬਣ ਗਿਆ ਤਿਰਛੀ ਗੁਣਾ ਕਰਨ ਤੋਂ ਬਾਅਦ। ਹੁਣ ਦੇਖੋ ਵਰਗਮੁੱਲ ਹਟਾਉਣ ਲਈ ਦੋਨੋਂ ਪਾਸੇ ਵਰਗ ਲੈਣਾ ਪੈਣਾ। ਜਦੋਂ ਮੈਂ ਦੇਖੋ ਦੋਨੋਂ ਪਾਸੇ ਵਰਗ ਲਿਆ, ਇਹਦਾ ਵਰਗਮੁੱਲ ਹਟ ਗਿਆ, ਇੱਧਰ ਪਾਵਰ 'ਚ 2 ਆ ਗਿਆ, ਇੱਧਰ ਵੀ ਵਾਈ ਵਰਗਮੁੱਲ ਖਤਮ ਹੋ ਗਿਆ, ਇੱਧਰੋਂ ਪਾਵਰ 2 ਆ ਗਿਆ। 2 ਦੀ ਪਾਵਰ 2 4, 3 ਦੀ ਪਾਵਰ 2 9 ਬਣ ਗਿਆ। ਐਕਸ ਦਾ ਮੁੱਲ 4 ਆ ਗਿਆ, ਵਾਈ ਦਾ ਮੁੱਲ ਕਿੰਨਾ ਆ ਗਿਆ ਆਪਣੇ ਕੋਲ, 9। ਇਹੀ ਆਂਸਰ ਹੈ ਤੁਹਾਡੇ ਕੋਲ।